ਸਿਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਹਲਕਾ ਭਲੱਤ ਦੇ ਸਬ ਡਿਵੀਜ਼ਨ ਕੰਪਲੈਕਸ ਵਿੱਚ ਐਸਟੀਐਮ ਦਫ਼ਤਰ ਦੇ ਬਾਹਰ ਮੌਜੂਦ ਹਾਂ। ਇੱਥੇ ਸੁਖਪਾਲ ਸਿੰਘ ਖਹਿਰਾ ਹਲਕਾ ਭਲੱਤ ਦੇ ਵਿਧਾਇਕ ਨੇ ਜਿਨ੍ਹਾਂ ਨੇ ਧਰਨਾ ਲਗਾਇਆ ਹੋਇਆ, ਧਰਨਾ ਕਿਉਂ ਲਗਾਇਆ ਹੋਇਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਫਿਲਹਾਲ ਤੁਹਾਨੂੰ ਅਸੀਂ ਧਰਨੇ ਦੀਆਂ ਲਾਈਵ ਤਸਵੀਰਾਂ ਦਿਖਾਉਣਾ ਚਾਹੁੰਦੇ ਹਾਂ। ਮੈਂ ਕੈਮਰਾਮੈਨ ਕੰਨੂ ਨੂੰ ਕਹਾਂਗਾ ਕਿ ਉਹ ਧਰਨੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ। ਤਾਂ ਤੁਸੀਂ ਦੇਖ ਰਹੇ ਹੋ ਭਲੱਤ ਦੇ ਐਸਟੀਐਮ ਦਫ਼ਤਰ ਦੇ ਬਾਹਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਧਰਨਾ ਲਗਾਇਆ ਗਿਆ ਹੈ। ਧਰਨੇ ਦੀਆਂ ਲਾਈਵ ਤਸਵੀਰਾਂ ਤੁਸੀਂ ਜਗਬਾਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ। ਸੁਖਪਾਲ ਸਿੰਘ ਖਹਿਰਾ ਹਲਕਾ ਵਿਧਾਇਕ ਧਰਨੇ ਵਿੱਚ ਸ਼ਮੂਲੀਅਤ ਕੀਤੀ ਹੈ, ਉਹਨਾਂ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਧਰਨਾ ਲਗਾਇਆ ਗਿਆ ਵਾ। ਅਸੀਂ ਖਹਿਰਾ ਸਾਹਿਬ ਦੇ ਕੋਲ ਪਹੁੰਚ ਚੁੱਕੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਪੁੱਛਦੇ ਹਾਂ ਕਿ ਧਰਨਾ ਲਗਾਉਣ ਦੀ ਕੀ ਵਜ੍ਹਾ ਹੈ, ਕਾਰਨ ਕੀ ਆ, ਧਰਨਾ ਕਿਉਂ ਲਗਾਇਆ। ਹਾਂਜੀ ਖਹਿਰਾ ਸਾਹਿਬ, ਧਰਨਾ ਕਿਉਂ ਲਗਾਇਆ? ਇੱਕ ਮਿੰਟ ਮੈਂ ਬੰਦ ਕਰਵਾ ਦਾ। ਚਲੋ, ਇਸ ਤਰ੍ਹਾਂ ਵਾ ਕਿ ਅੱਜ ਦਾ ਜਿਹੜਾ ਧਰਨਾ ਸੀ ਸਾਡੇ ਭਲੱਤ ਹਲਕੇ ਦਾ, ਉਹ ਇੱਥੋਂ ਦੀਆਂ ਲੋਕਲ ਸਮੱਸਿਆਵਾਂ, ਖਾਸ ਤੌਰ 'ਤੇ ਜਿਹੜੀਆਂ ਸੜਕਾਂ ਸਾਡੇ ਇਲਾਕੇ ਦੀਆਂ ਬਹੁਤ ਟੁੱਟੀਆਂ ਪਈਆਂ ਨੇ। ਔਰ ਇਹ ਨਹੀਂ ਕਿ ਮੈਂ ਕਹਿ ਰਿਹਾ ਕਿ ਹੁਣ ਟੁੱਟ ਗਈਆਂ ਨੇ, ਇਹਨਾਂ ਸੜਕਾਂ ਦੇ ਪ੍ਰੋਜੈਕਟ ਜਦੋਂ ਅਸੀਂ ਕਾਂਗਰਸ ਪਾਰਟੀ ਮੈਂ ਜੁਆਇਨ ਕੀਤੀ ਆ ਉਦੋਂ ਅਸੀਂ ਮਨਜ਼ੂਰ ਕਰਵਾਏ। ਸਭ ਤੋਂ ਪਹਿਲਾਂ ਮੈਂ ਤੁਸੀਂ ਬੰਨ ਦੇ ਉੱਤੇ 28 ਕਿਲੋਮੀਟਰ ਸੜਕ, ਜਿਹੜੀ ਦੋ ਵੱਡੇ ਸੜਕਾਂ ਨੂੰ, ਜਿਹੜੀ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਪੁਲ ਆ ਅਤੇ ਢਿਲਵਾਂ ਦਾ GT ਰੋਡ ਦਾ ਪੁਲ ਆ, ਉਹਨਾਂ ਨੂੰ ਆਪਸ ਜੋੜਦੀ ਆ। ਉਹ ਸੜਕ ਵੀ ਸਾਡੀ ਰੁਕੀ ਹੋਈ ਹੈ। ਉਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਸੜਕ ਹੈ ਜਿਹੜੀ ਭਲੱਤ ਭੋਗਪੁਰ ਸੜਕ ਹੈ, ਜਿਹਦਾ ਕਿ ਅਸੀਂ ਪਿਛਲੀ ਸਰਕਾਰ ਵੇਲੇ 9 ਕਰੋੜ ਰੁਪਏ ਦਾ ਟੈਂਡਰ ਮਨਜ਼ੂਰ ਕਰਾਇਆ, ਕੰਮ ਅਲੋਟ ਹੋ ਗਿਆ, ਠੇਕੇਦਾਰ ਨੇ ਕੰਮ ਸ਼ੁਰੂ ਕਰ ਦਿੱਤਾ, ਉਸ ਨੇ ਆਪਣੀ ਜੇਬ 'ਚੋਂ 3 ਕਰੋੜ ਰੁਪਇਆ ਲਾ ਕੇ ਅਤੇ ਸਾਰਾ ਕੰਮ ਜਿਹੜਾ ਸੀਗਾ ਉਹ ਮੇਨ ਜਿਹੜਾ ਵਿੱਚ ਕੰਮ ਸੀ ਭਲੱਤ ਭੋਗਪੁਰ ਦਾ ਕਰਤਾ। ਇਹਨਾਂ ਨੇ ਸਰਕਾਰ ਨਵੀਂ ਆਉਣ ਤੋਂ ਪੈਸੇ ਰੋਕ ਦਿੱਤੇ, ਜਾਣ ਕੇ, ਸਿਰਫ ਜਾਣ ਕੇ, ਇੱਕ ਸਬਕ ਸਿਖਾਊ ਨੀਤੀ ਦੇ ਨਾਲ। ਫਿਰ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਮਸਲਾ ਉਠਾਇਆ। ਆਹ ਤੁਸੀਂ ਦੇਖੋ, ਪਿਛਲੇ ਸੈਸ਼ਨ ਵਿੱਚ ਜਿਹੜਾ ਹੈਗਾ PWD ਮਿਨਿਸਟਰ, ਉਹ ਕਹਿ ਰਿਹਾ ਵਾ ਕਿ ਇਹ ਕੰਮ 30/11 ਨੂੰ ਅਸੀਂ ਕੰਪਲੀਟ ਕਰਾ ਦਾਂਗੇ, 30th November। ਫਿਰ ਹੁਣ ਪਿਛਲੇ ਤਿੰਨ ਚਾਰ ਮਹੀਨਿਆਂ ਦਾ ਕੰਮ ਬਿਲਕੁਲ ਬੰਦ ਆ। ਅੱਜ ਅਸੀਂ ਧਰਨਾ ਮਾਰਿਆ ਵਾ, ਔਰ ਇਹਨਾਂ ਦੀ ਬਦੌਲਤ, ਭਲੱਤ ਦੇ ਲੋਕਾਂ ਦੀ, ਲੋਕ ਸ਼ਕਤੀ ਦੀ ਬਦੌਲਤ, ਕੱਲ੍ਹ ਦਾ ਮੈਨੂੰ ਇਹਨਾਂ ਦਾ ਟੈਲੀਫੋਨ ਆ ਗਿਆ ਸਰਕਾਰ ਦੇ ਸਾਰੇ ਅਫਸਰਾਂ ਦੇ, ਕਿ ਜੀ ਅਸੀਂ 3 ਕਰੋੜ ਰੁਪਇਆ ਠੇਕੇਦਾਰ ਦਾ ਅੱਜ ਰਿਲੀਜ਼ ਕਰਤਾ ਵਾ, ਅਤੇ ਅਸੀਂ 5-7 ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ ਭਲੱਤ ਭੋਗਪੁਰ ਦੀ ਸੜਕ ਸ਼ੁਰੂ ਕਰਾ ਦਾਂਗੇ। ਅੱਗੇ ਆ ਜਾਓ ਸਾਡੀ ਭਲੱਤ ਨਡਾਲਾ ਸੁਭਾਨਪੁਰ ਰੋਡ ਹੈ, ਬਹੁਤ ਟੁੱਟੀ ਹੋਈ ਆ, ਬੁਰੀ ਹਾਲਤ ਆ। ਇਹਦਾ ਵੀ ਮੈਂ ਪਿਛਲੀ ਵਿਧਾਨ ਸਭਾ ਦੇ ਵਿੱਚ ਲਾਇਆ, ਉਹਨਾਂ ਨੇ ਕਿਹਾ ਕਿ ਤੁਸੀਂ ਪੜ੍ਹੋ ਤੁਸੀਂ, ਕਿ ਅਸੀਂ 18 ਕਰੋੜ ਰੁਪਏ ਦਾ ਐਸਟੀਮੇਟ ਮਨਜ਼ੂਰ ਕਰਾ ਦਿੱਤਾ ਜੀ, ਔਰ ਅਸੀਂ ਜਿਹੜਾ ਫਾਈਨੈਂਸ ਡਿਪਾਰਟਮੈਂਟ ਨੂੰ ਲਿਖ ਦਿੱਤਾ ਵਾ, ਲੇਕਿਨ ਅੱਜ ਤੱਕ ਉਸ ਸੜਕ ਦੇ ਉੱਤੇ 1 ਨਵੇਂ ਪੈਸੇ ਦਾ ਕੋਈ ਕੰਮ ਸ਼ੁਰੂ ਨਹੀਂ ਕਰਾਇਆ। ਇਹ ਵਿਧਾਨ ਸਭਾ ਦਾ ਰਿਕਾਰਡ ਦਿਖਾ ਰਿਹਾ ਸਾਰਾ। ਹੁਣ ਪਿਛਲੀ ਵਿਧਾਨ ਸਭਾ 'ਚ ਮੈਨੂੰ ਬੋਲਣ ਹੀ ਨਹੀਂ ਦਿੱਤਾ, ਮੈਂ ਸੜਕਾਂ ਦਾ, ਵਿਸ਼ੇਸ਼ ਤੌਰ 'ਤੇ ਭਲੱਤੀਆਂ ਸੜਕਾਂ ਦਾ ਕਾਲ ਅਟੈਂਸ਼ਨ ਮੋਸ਼ਨ ਹੁੰਦਾ, ਕਿਉਂਕਿ ਸਵਾਲ ਤਾਂ ਲਾ ਹੀ ਨਹੀਂ ਸੀ ਸਕਦੇ ਵਿਧਾਨ ਸਭਾ, ਕੱਲ੍ਹ ਪਰਸੋਂ ਕਹਿ ਕੇ ਸੱਦ ਲਈ, 15 ਦਿਨ ਦਾ ਕਲੀਅਰ ਨੋਟਿਸ ਚਾਹੀਦਾ ਵਾ ਵਿਧਾਨ ਸਭਾ ਸੱਦਣ ਲਈ। ਅਸੀਂ ਇਹਨਾਂ ਨੇ ਕੋਈ ਕੁਐਸਚਨ ਆਵਰ 0 ਕਰਤਾ, ਖਤਮ ਕਰ ਦਿੱਤਾ, ਫਿਰ ਅਸੀਂ ਕਾਲ ਅਟੈਂਸ਼ਨ ਮੋਸ਼ਨ ਹੁੰਦਾ 48 ਘੰਟੇ ਦਾ ਨੋਟਿਸ ਦੇ ਕੇ ਲਾ ਸਕਦੇ। ਮੈਂ 6 ਕਾਲ ਅਟੈਂਸ਼ਨ ਮੋਸ਼ਨ ਲਾਏ ਇੱਦਾਂ ਦੇ, ਬੇਅਦਬੀਆਂ ਦੇ ਲਾਏ ਨੇ, ਇਸ ਦੇ ਲਾਏ ਨੇ, ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਾਏ ਨੇ, ਆਪਣੇ ਇਲਾਕੇ ਦੇ ਹੋਰ ਕੰਮਾਂ ਦੇ ਲਾਏ ਨੇ, ਉਹ 6 ਦੇ 6 ਕਾਲ ਅਟੈਂਸ਼ਨ ਮੇਰੇ ਸਪੀਕਰ ਨੇ ਰੱਦ ਕਰ ਦਿੱਤੇ। ਔਰ ਤੁਸੀਂ ਦੇਖਿਆ ਵਿਧਾਨ ਸਭਾ 'ਚ ਮੈਨੂੰ ਉਂਗਲ ਰੱਖ ਕੇ ਸਪੈਸ਼ਲ ਟਾਰਗੇਟ ਕਰਕੇ ਕਿ ਇਹਨੂੰ ਬੋਲਣ ਨਹੀਂ ਦੇਣਾ। ਇੱਕ ਪਾਸੇ ਕਹੀ ਜਾਂਦੇ ਨੇ ਕਿ ਅਸੀਂ ਡਿਸਕਸ਼ਨ ਚਾਹੁੰਦੇ ਹਾਂ ਵਿਧਾਨ ਸਭਾ 'ਚ, ਬਹਿਸ ਵਾਸਤੇ ਕਾਂਗਰਸ ਦੇ MLAs ਆਉਣ, ਇੱਕ ਪਾਸੇ ਮੈਨੂੰ ਉਂਗਲ ਕਰਕੇ ਟਾਰਗੇਟ ਕਰਦਾ ਸਪੀਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ 'ਤੇ ਕਿ ਇਹਨੂੰ ਨਹੀਂ ਬੋਲਣ ਦੇਣਾ, ਔਰ ਮੈਨੂੰ ਕਹਿੰਦੇ ਜੀ ਤੁਸੀਂ ਹਮੇਸ਼ਾ ਬੋਲਦੇ ਹੋ, ਹਮੇਸ਼ਾ ਬੋਲਣਾ ਕੋਈ ਗਲਤ ਗੱਲ ਹੈ? ਮੈਂ ਕੋਈ ਜ਼ਾਤੀ ਗੱਲ ਤਾਂ ਕਰਦਾ ਨਹੀਂ ਉੱਥੇ ਵਿਧਾਨ ਸਭਾ 'ਚ। ਬਦਲੇ ਦੀ ਭਾਵਨਾ 'ਤੇ ਉਤਰੇ ਹੋਏ ਨੇ, ਕਿਉਂਕਿ ਮੈਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਗੱਲ ਚੱਕਦਾ ਵਾਂ, ਮੈਂ ਹਰ ਮੁੱਦਾ ਉਠਾਉਣਾ ਵਾਂ, ਉਹ ਇਹਨਾਂ ਨੂੰ ਗੱਲ ਚੁੱਭਦੀ ਆ, ਔਰ ਜਦੋਂ ਮੈਂ ਇਹਨਾਂ ਨੂੰ ਫਰਜ਼ੀ ਇਨਕਲਾਬੀ ਕਹਿੰਦਾ ਉਹ ਹੋਰ ਵੀ ਚੁੱਭਦੀ ਆ। ਜਿਹੜਾ ਝੂਠਾ ਬਦਲਾਵ ਲੈ ਕੇ ਆਏ ਸੀਗੇ, ਜਿਹੜਾ ਬਦਲਾਵ ਦੇ ਉਲਟ ਤੁਸੀਂ ਦੇਖੋ, ਇਕੱਲਾ ਭਗਵੰਤ ਮਾਨ ਦਾ ਟੱਬਰ 1000 ਪੁਲਿਸ ਵਾਲਾ ਲਈ ਫਿਰਦਾ ਜੀ, ਮਤਲਬ ਚੀਫ ਮਿਨਿਸਟਰ ਜਿਹੜਾ ਕਹਿੰਦਾ ਸੀਗਾ ਜੀ ਕਿ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਹਾਂ, ਉਹਦੇ ਕੋਲ ਪ੍ਰਤਾਪ ਸਿੰਘ ਬਾਜਵਾ ਨੇ RTI ਦਿੱਤੀ 42 ਗੱਡੀਆਂ, ਜਿਹੜੀਆਂ ਸਿਰਫ STC ਦੀਆਂ ਨੇ, ਜਿਹੜੀਆਂ ਪੁਲਿਸ ਸਿਕਿਉਰਿਟੀ ਡਿਪਾਰਟਮੈਂਟ ਦੀਆਂ ਅਲੈਦਾ ਨੇ। 100 ਗੱਡੀ ਸਰਕਾਰ ਦੀ ਲਈ ਫਿਰਦਾ ਭਗਵੰਤ ਮਾਨ, 25-30 ਗੱਡੀਆਂ ਉਹਦੇ ਘਰਵਾਲੀ ਨੂੰ ਦਿੱਤੀਆਂ ਨੇ, ਔਰ ਉਸ ਤੋਂ ਇਲਾਵਾ ਉਹਦੀ ਭੈਣ ਜੀ ਜਿਹੜੇ ਨੇ ਉਹ 10-12 ਗੱਡੀਆਂ ਲਈ ਫਿਰਦੇ ਨੇ, ਮਾਤਾ ਜੀ ਲਹਿਦਾ, ਮਤਲਬ ਇੱਕ ਚੀਫ ਮਿਨਿਸਟਰ ਕਾਹਦਾ ਬਣ ਗਿਆ, ਉਹ ਕਹਿੰਦੇ ਹੁੰਦੇ ਅੰਗਰੇਜ਼ੀ 'ਚ 3 free with 1, ਜਿੱਦਾਂ ਆਪਾਂ ਕੁਛ ਚੀਜ਼ ਖਰੀਦਣ ਜਾਂਦੇ ਕਹਿੰਦੇ ਜੀ 1 ਲੈ ਲਓ 3 ਨਾਲ ਮੁਫਤ ਦੇ ਦਿਆਂਗੇ। ਇਹ ਚੰਗਾ ਪੰਜਾਬ ਦੇ ਸੁਭਾਗ ਆਏ ਨੇ ਸਾਡੀ, ਮਤਲਬ ਬਦਕਿਸਮਤੀ ਕਿ ਚੀਫ ਮਿਨਿਸਟਰ ਲੋਕਾਂ ਨੇ 1 ਚੁਣਿਆ ਵਾ ਅਤੇ 3-4 ਮੁੱਖ ਮੰਤਰੀ ਤੁਰੇ ਫਿਰਦੇ ਨੇ, ਔਰ ਕਿੰਨੇ ਗਨਮੈਨ ਲਈ ਫਿਰਦੇ ਨੇ। ਇਸ ਲਈ ਇਹਨਾਂ ਦਾ, ਔਰ ਮੈਨੂੰ ਯਾਦ ਹੈ ਭਗਵੰਤ ਮਾਨ ਕਹਿੰਦਾ ਸੀ ਜੀ ਜਿਨ੍ਹਾਂ ਲੋਕਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਜੀ ਲੀਡਰਾਂ ਨੂੰ, ਤੁਸੀਂ ਮੁਰਗੀਖਾਨਾ ਖੋਲ੍ਹ ਲਓ। ਮੈਂ ਹੁਣ ਕਈ ਵਾਰੀ ਉਹਨੂੰ ਚੇਤੇ ਕਰਾਇਆ ਵਾ ਕਿ ਮੁਰਗੀਖਾਨਾ ਹੁਣ ਖੋਲ੍ਹ ਲਓ ਨਾ ਤੁਸੀਂ, ਕਿਉਂਕਿ ਤੁਸੀਂ ਇੰਨੀ ਫੌਜ ਲਈ ਫਿਰਦੇ ਹੋ।
इस करके जिहड़ा इन्हां दा बदलाव दी राह सीगी उह बिल्कुल अज दे उहदे तोते उड गए ने। उह मेरे कहण नाल नहीं उड़े, संगरूर दे वोटरां ने तोते उड़ाए इन्हां दे पिछले 3 महीनां दे विच विच। अज इंपलॉयज़ टैंकियां ते चढ़ गए, इन्हां दी भैण केजरीवाल साहब दी, उह जिहड़ी सीपी शर्मा सी जिहनूं सुहाणे दी टैंकी तों इलैक्शन तों पहलां लाया सी, इन्हां ने कह के कि भैण जी बेटा नीचे आ जाओ, हमारी सरकार बनेगी, हम आपको नौकरी देंगे। पी टी आई जा 646 वो सारे मुड़ के टैंकियां ते चढ़ गए ने। पी आर टी सी दे मुलाजमां दी तनखाह नहीं दे सकते, साढ़े पेनशनर बैठे ने जिन्हें इत्थे, उन्होंने कोई इन्होंने रुपया पेनशन का नहीं दे सके। अज देखो जिहड़े जीओ जी सैटअप किए थे कैप्टन अमरिंदर सिंह सरकार ने, गार्डियनज़ ऑफ गवर्नमेंट, वो जिहड़े सीगे एक माण माण सीगा उन्हां दा फौज का, क्योंकि फौज सारे देश में बड़ा वड्डा काम करती है, फ्लड्स में जाती है, अर्थक्वेक में जाती है, जिते कि नहीं कुछ संभाल सकता कहते फौज आ जाए। इन्हों फौजियों एक ड्यूटीज दित्तियां, इन्होंने अपनी ड्यूटीज़ बहुत बेहतरीन तरीके नाल, जिहड़े पोर्टल्स बने सीगे सारियां पंजाब मुश्किलां दित्तियां कि आ पेंशनां गलत जा रही ने, आ तुहाडे जिहड़े आटे दाल दे स्कीम दे कार्ड गलत ने, उन्होंने अपने वालों पूरा काम किया। 11,000 रुपया माण पत्ता मिलता सीगा, खरे 72 करोड़ रुपए का बजट सीगा, और ये सारे जिहड़े 4300 जीओ जी से उन्होंने भुआ के मारिया। उन्होंने ये क्या बेइज्जती की कि तुसीं तुहाडा काम ठीक नहीं गा इसलिए असीं तुहानूं कढ रहे हां। ये मुकाबले तो भगवंत मान की सरकार ने मेरा ख्याल है सैकड़े करोड़ जिहड़ा लाया जा रहा इश्तहारबाजी से, बिजली पंजाब च दे रहे 300 यूनिट, वो पूरे सफ़े दी एड्स लग रही ने गुजरात में, महाराष्ट्र में, राजस्थान में, और इन्ना साडा पैसा बर्बाद किया। एक पासे कहिंदे जी असीं पेंशनज़ बचा रहे हैं, सिर्फ 1919.53 करोड़ रुपया बचता जो मल्टीपल पेंशन बंद की है, असीं उहदे हमायती हाँ। तुसीं 1919.53 करोड़ रुपया बचाया, चंगी गल की है, पर तुहानूं कहने अधिकार दिता कि 500 करोड़ रुपया साडा तुसीं लुटा दिओ सिर्फ दूजे सूबे की इलैक्शन लड़न वास्ते। पर इत्थे एक सवाल हुंदा कि जिहड़ा जीओ जी ने रिपोर्ट्स कीतियां सी उहते कार्रवाई पिछली सरकार ने क्यों नहीं कीती? मैं तो कहना वा जे पिछली ने नहीं कीती तां तुसीं 6 महीनां च हुण करके दिखा दिओ ना, पर उहनां वल्लों तां कोई कसर नहीं छड्डी गई, उह मगरली सरकार दी वी नलेकी आ। इस करके अज पंजाब सरकार हर फरंट ते फेल होई आ, और साडे हल्के भलथ विच मैं डिप्टी कमिश्नर नाल वी गल कीती आ, रजिस्ट्रियां बंद ने नगर पंचायतां दीआं, बिगोवाल दीआं, नड़ाले दीआं, ढिलवां दीआं, कोई एन ओ सी जा जारी करता ना, तहसीलदार पता कि एन ओ सी की आ, तो ना जे ईओज लाए ने उन्होंने पता लगता कि एन ओ सी की आ, जो आम बंदा वा तहसील जाण के सवेर तो लैके शाम तक धक्के खाता फिरता। फिर बदलाखोरी की कार्रवाई करते, इन्ने नोटिस कढ़े ने नगर पंचायत के ईओज ने, बेगोवाल में खरे 300 दुकानदार कहता तुहाडी दुकान ढा देंगे, घरां लोगों कहता कमरावां पिंड थड़िया कहता थड़े चक लो। ये तो इदा उतर गए ने जिदा कोई तानाशाह सरकार जिदा फौज का राज हुंदा वा, और इन्हां दे जिन्ने मिनिस्टर जिन्ने करप्ट ये ने तुसीं देखिया फौजा सिंह सरारी विधानसभा क्यों रोकी असी, क्योंकि तुसीं कहिंदे आ कि भ्रिष्टाचार सब तो वड्डा मुद्दा वा। अगर भ्रिष्टाचार मुद्दा वा तो फौजा सिंह सरारी की ऑडियो वायरल हुई है, वो अपने बंदियां नाल गैंग अप करके साजिश कर रहा कि फलाने बंदियां नूं आपां पहलां फसावांगे फिर उन्हां को फरौती लवेंगे, एक्सटॉर्शन करप्शन करप्शन तो भी उतला कदम है, वो खिलाफ़ कोई कार्रवाई नहीं कर रहे। साडे MLA के खिलाफ़ विजिलेंस की इनकुआरी खोली थी, फगवाड़ा जिहड़ा गुरदासपुर का साडा MLA बरिंदर सिंह पाड़ा कभी मिनिस्टर नहीं रहा, कभी वो कोई उन्हें अहुदा नहीं संभालिया, अज उहदी चक के विजिलेंस इनकुआरी खोलती सिर्फ इस करके कोई विधानसभा के सामने उन्होंने खिलाफ़ नारे लाते हैं बोलते हैं। भगवंत मान का तो जो बर्दाश्त का खाना वो बहुत छोटा जहा वा, इन्हें चिड़ी जिन्ना दिल है इन्हों का आ स्पीकर का दूजे तीजे का क्रिटिसिजम ही नहीं बर्दाश्त कर सकते। और लास्ट केजरीवाल जिहड़ा कहिंदा सी कि असीं पंजाब दे विच नशे खत्म कर देंगे, अज साडे इलाके च नहीं सारे पंजाब दे विच इन्ने वड्डे पद्धर ते नशे ने। कल मैं दयालपुर अफसोस करन गया, 28 साल का बच्चा मर गया चंगे परिवार का, और इन्ने वड्डे पद्धर ते नशे होण करके इन्ने वड्डे पद्धर ते लुट कसुट हो रही है, खूहां दीआं वारदातां तुरे जांदे औरतां दे गल पै जांदे ने। आ फौजी आए ने साडे कैप्टन बलबीर सिंह बैठे इत्थे परसनली, उहदे नाल उहदा जिहड़ा हैगा वा लुट खोह होई आ। मेरे एक जानकार मैं कल उन्होंने घर जाके आया वा जरामपुर पिंड तो, ने बैंक चो पैसे कढ़ा के लिया 3 लाख रुपया, नाले तो उस मुंडे का गुट तोड़ गए ने, नाले दिन दिहाड़े 3 लाख रुपया लेके लुट के भज गए। सो लॉ एंड ऑर्डर इज ऑन द जीरो, देखो गैंगस्टर भज गए इन्होंने सामने पुलिस वाले की मर्जी के नाल ही, मूसे वाले का कतल का इंसाफ 6 महीने तो बाद भी ना मिलना, ये बहुत वड्डा काला धब्बा इस सरकार के उत्ते। और केजरीवाल को लास्ट मेरा जवाब है, कहिंदा सी जी गुजरात जाके लैक्चर करा, साढ़े सामने नहीं बोलते इतने विधानसभा च, गुजरात जाके लेक्चर करता कि जो हमने पंजाब में 6 महीने में किया वो इस सरकार ने पिछले 75 साल में नहीं किया। मैं केजरीवाल को पूछना चाहना भी आ जड़ा PGI तू बनाया वा, जड़ा भाखड़ा ब्यास जड़ा भाखड़ा डैम है साडा वो तू बनाया 6 महीनों च, चंडीगढ़ शहर जड़ा सब तो वड्डा विरासती शहर है दुनिया का वो तू बनाया वा,
पंजाब एग्रीकल्चर यूनिवर्सिटी जितों हरी क्रांति निकली वो तू बनाया वा साढ़े ब्यास दरिया से जाके देख लो बन लगे हुए ने वह केजरीवाल ने लाए ने एडे वे झूठे ने इन्हों नंबर एक के ताइयों लोगों ने इन्हों नकारता ये जिदा हवा के बुले नाल आए थे उस हवा के बुले नाल लोगों ने उड़ा देने वापस मुड़ते हैं हल्का भुलाती सड़क वा की बनेगा उन्होंने देखो इन्हों बना पैनगियां नहीं तो अच्छे चक्का जाम करा तो हले अब सिर्फ जिदा रशपाल सिंह जी साढ़े चेयरमैन ने मार्केट कमेटी उन्होंने कहा ट्रेलर दिखाया माड़ा जा असी सारा कुछ चोक कर देंगे जो साड़िया सड़क ने बनाइया ये साडा अधिकार है विधानसभा बोलना मेरा अधिकार है मैं कोई खरात नहीं मंगता इस तो इसलिए सड़क बनगियां और जी सा प्राइम इंपोर्टेंट जड़िया सड़क ने वो अगले सैशन च हूँ समा जो मिलेगा असं बकायदा तौर पर मुद्दा चकेंगे मैं असी 65 किलोमीटर नवी लिंक रोड्स बनाइया पिछली सरकार ने सारिया बंद पे और जो असं गल करते हैं ठेकेदारा ना गवर्नमेंट ना आखे जी रेता बजरी नहीं मिल रही रेता बजरी के रेट 4 गुणा हो गए हैं 2000 रुपये सैकड़े तो ज़्यादा रेता बजरी नहीं कभी पंजाब बिकी सी कांग्रेस के राज 8.5 हज़ार रुपये मिलती नहीं गई लोग अपनी कंधा प्लस्तर कराने तो बैठे ने एक किदा का नवा बदलाव तो राज बना के बैठ बैठ गए लोग तो उंगलों चीचियां जिहड़ियां अपनियां वढ़दे ने कि आह साडे तो गलती हो गई है मुड़ के जिंदगी कभी गलती नहीं करनी होर गल की कमी तो होना ही है पहला मतलब क्यों नहीं बनी रजिंदर जिहड़ियां पिछलियां सड़कां मैं सारिया जिने तुहानूं डाटा दे रहा मैं मंड की सड़क लगभग 30 करोड़ रुपए की सड़क मैं पैसे पहला जमा करा के टेंडर लवा के मंजूर करा के चालू कराई है भलत भोगपुर का 9 करोड़ रुपये मंजूर कराया होया असीं इन्हां तों नहीं मंगदे ये तो इन्ने जोगे हैगे नहीं गे पर पिछले 6 महीनों च यह तो साडा अधिकार है ना कि जो सड़क ड्यू हो जाए जी सुभा नडाला सुभानपुर रोड है वो ड्यू आ उहदा तां इन्होंने आपे इत्थे जवाब दे रहे हैं कि 18 करोड़ रुपया असीं जी बना देंगे आ मेरे कोल रिकॉर्ड PWD मिनिस्टर कह रहा कि 18 करोड़ रुपया जी असीं प्रपोजल बनाती फिर बनाउंदे क्यों नहीं गए इस करके झूठियां दी सरकार हैगी आ और जिहड़ा इत्थे काम हो रहा वा वो बहुत छोटे पद्धर ते बदलाखोरी च एवं लोगों के मकाना ढवा देंगे गर दुकाना ढा देंगे इदा राजनीति नहीं चलती हैगी पहला जमानत 2 वारी जब्त हुई तीजी वारी अबल तो खड़ना ही नहीं गा लेकिन तैयारी कर लो कि डबल जमानत जब्त होगी एक और भलत तो जी बेगवाल रोड आती है इलेक्शन तो महीने डेढ़ पहला पड़ती भलत भोगपुर भी रजिंदर हाँ भलत बेगवाल साड़ी मंजूरशुदा सड़क है ये सारे काम जदों सरकार ने कोई सड़क बनानी वह पहले टेंडर प्रोसैस होंगे फिर वर्कलॉट होंगे वो वर्कलॉट होया हो जो पिछे सरकार वो ठेकेदारों को पैसे नहीं दिंदी जिदा भलत भोगपुर की सड़क का जिहड़ा फर्म है उन्होंने 3 करोड़ रुपये दिता नहीं गा हुण अज डरदिया ने दिता वा इदा ही असीं दूजे पैसे दवावांगे तो सारिया सड़क बनवा के लवांगे एक होर लास्ट क्वेश्चन है भी तुसीं धरने का अनाउंस किया 2 दिन पहला कल DC साहब ने 144 लाती जिले के सिलेक्टेड पॉइंट धरने वास्ते मंजूरी वास्ते भी कहता की कहना चाहते हैं नहीं एक सरकार कि रोक सकती जी साडा फंडामेंटल राइट है टू प्रोटेस्ट गलत गल की 24 नाले असीं 44 चटूलियां की परवाह करते इदां दी 50 लगदियां ने और यह साडा राइट है धरना देना और धरना कला असीं थोड़ो दे रहे हैं किसान आगू दे रहे ने टीचर दे रहे ने मुलाजम दे रहे ने मेरा सवाल यह है कि धरने का तुसीं परसों अनाउंस किया वा इंतजार करो सो ये सन साडे नाल हलका भलत दे विधायक सुखपाल सिंह खहरा जिन्होंने इत्थे धरना लगाया हुआ भलत दे SDM दफ्तर दे विच तुसीं सुनिया कि उन्होंने कहा कि यह जिहड़ा साडा प्रोटेस्ट आ इस तरह ही जारी रहेगा जेकर सरकार ने भलत दीआं सड़कां वल तवज्जो ना दित्ती ध्यान ना दित्ता तो यह धरना होर भी जोरां शोरां नाल लावांगे जिहड़ियां भलत दीआं सड़कां वा उह बणा के रहांगे हलका भलत तों पत्रकार रजिंदर कैमरामैन कन्नू दे नाल रिस्पेक्टेबल MLA साहब ते उन्हां दे नाल आए हुए सारे उन्हां दे साथी मैं आश्वासन दिवाना हैगा एडमिनिस्ट्रेशन वल्लों मेरे नाल ट्राई कर रहे हैं और मैं आशा हैगी है मैं हूँ ही गल कर रही SDM साहब के नाल कि मोटे मोटे तौर के उत्ते 3 महीने के अंदर अंदर जोड़ा है एक काम असं मुकम्मल कर लवेंगे हाँ मेरी गल हुई थी जयप्रकाश जी
ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੀ। ਹਾਂ, ਜਿਹੜੇ NOC ਦਾ ਮਸਲਾ ਹੈਗਾ ਜੀ, ਮੈਂ ਉਹਨੂੰ ਜਲਦੀ ਹੀ ਤਹਿਸੀਲਦਾਰ ਸਾਹਿਬ ਔਰ EO ਸਾਹਿਬ ਦੇ ਨਾਲ ਜੁਆਇੰਟ ਮੀਟਿੰਗ ਕਰਕੇ ਆਪਾਂ ਇਹਦਾ ਕੋਈ ਨਾ ਕੋਈ ਹੱਲ ਕਰਦੇ ਹਾਂ। ਇਹਦਾ ਕੋਈ ਵਿਸ਼ਾ ਨਹੀਂ ਹੈਗਾ, ਇਹਦੇ ਸੋਲਿਊਸ਼ਨ ਹੋ ਜਾਏਗਾ ਜੀ। ਸੋ ਤੁਸੀਂ ਦੇਖਿਆ ਕਿ ਹੁਣ ਇਸ ਤੋਂ ਪਹਿਲਾਂ ਖਹਿਰਾ ਸਾਹਿਬ ਨਾਲ ਗੱਲਬਾਤ ਕੀਤੀ ਸੀ, ਉਸ ਤੋਂ ਬਾਅਦ ਧਰਨੇ ਦੇ ਵਿੱਚ SDM ਭਲੱਥ ਦੇ ਨਾਲ PWD ਦੇ SD ਆਉਂਦੇ ਨੇ, ਔਰ SDM ਭਲੱਥ ਲਾਲ ਵਿਸ਼ਵਾਸ ਬੈਂਸ ਜੀ, ਜਿਨ੍ਹਾਂ ਕੋਲ ਕਪੂਰਥਲੇ ਦਾ ਫੁੱਲ ਚਾਰਜ ਆ ਔਰ ਭਲੱਥ ਦਾ ਵਾਧੂ ਚਾਰਜ ਹੈ, ਉਹ ਆਉਂਦੇ ਨੇ ਧਰਨੇ ਵਿੱਚ ਆਉਂਦੇ ਨੇ। ਧਰਨੇ ਵਿੱਚ ਆ ਕੇ ਉਹ ਖਹਿਰਾ ਸਾਹਿਬ ਦੀ ਹਾਜ਼ਰੀ ਦੇ ਵਿੱਚ ਧਰਨਾ ਭਰੋਸਾ ਦਿੰਦੇ ਨੇ ਕਿ ਜਿਹੜੀਆਂ ਸੜਕਾਂ ਭਲੱਥ ਦੀਆਂ ਉਹਨਾਂ ਵੱਲ ਜੀ ਤਵੱਜੋ ਸਾਡੀ ਪੂਰੀ ਹੈਗੀ ਆ। ਜਿਹੜੀ ਭਲੱਥ ਤੋਂ ਭੋਗਪੁਰ ਰੋਡ ਆ ਉਹਦਾ ਕੰਮ ਜਲਦ ਸ਼ੁਰੂ ਕਰਤਾ ਜਾਵੇਗਾ, ਔਰ ਉਹ 3 ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਬਣ ਕੇ ਤਿਆਰ ਹੋ ਜਾਵੇਗੀ। ਇਸ ਤੋਂ ਇਲਾਵਾ ਜਿਹੜੀਆਂ ਬਾਕੀ ਸੜਕਾਂ ਉਹਨਾਂ ਵੱਲ ਵੀ ਤਵੱਜੋ ਦਿੱਤੀ ਜਾਵੇਗੀ। ਔਰ ਉਹਨਾਂ ਨੇ ਹੋਰ ਕਿਹਾ, ਇੱਥੇ ਮੰਗ ਕੀਤੀ ਕਿ NOC ਦਾ ਜਿਹੜਾ ਮਸਲਾ ਹੈਗਾ, ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ, ਉਹਨਾਂ ਨੇ ਕਿਹਾ ਕਿ ਇਹ ਬਹੁਤਾ ਵੱਡਾ ਮਸਲਾ ਨਹੀਂ ਹੈਗਾ, ਇਸ ਨੂੰ ਵੀ ਸੁਲਝਾ ਲਿਆ ਜਾਵੇਗਾ। ਹਲਕਾ ਭਲੱਥ ਤੋਂ ਕੈਮਰਾਮੈਨ ਕੰਨੂ ਦੇ ਨਾਲ ਪੱਤਰਕਾਰ ਰਜਿੰਦਰ, ਜਗਬਾਣੀ TV।